ਕਰਦਾ ਪਿਆ ਭਾਜੀ ਸਟਾਫ ਦੀ ਪਾਰਕਿੰਗ ਆ, ਇਹ ਪਰਸਨ ਥੋੜਾ ਹੈਗੀ ਆ। ਕੋਈ ਨਾ ਗੱਡੀ ਲਵਾਓ, ਗੱਡੀ ਲਵਾਓ। ਹੱਦ ਹੋ ਗਈ ਯਾਰ, ਅਸੀਂ ਵੀ ਸਰਕਾਰੀ ਕੰਮ ਹੀ ਆਏ ਹਾਂ। ਸਾਡਾ ਨਾ ਕੋਈ ਟੋਲ ਮਸਲਾ ਸੀਗਾ, ਅਸੀਂ ਰੋਡ ਦੇ ਉੱਤੇ ਕੰਮ ਕੀਤਾ, ਜਿਹੜਾ ਹਾਈਵੇ ਆ ਹਾਈਵੇ ਦੇ ਉੱਤੇ ਕੰਮ ਕੀਤਾ। ਉਸ ਕੰਮ ਦੇ ਜਿਹੜੇ ਅਸੀਂ ਕੰਮ ਕੀਤਾ ਸੀ ਉਹ ਪੈਸੇ ਨਹੀਂ ਮਿਲੇ, ਨੈਸ਼ਨਲ ਹਾਈਵੇ ਪੈਸੇ ਨਹੀਂ ਦਿੱਤੇ। ਅਸੀਂ ਟੋਲ ਪਲਾਜ਼ਾ ਵੀ ਰੋਕਿਆ ਸੀ ਪਿਛਲੇ ਦਿਨੀ, ਅਤੇ ਇਹਨਾਂ ਨੂੰ ਲਿਖ ਕੇ ਵੀ ਦਿੱਤਾ ਸੀ, ਅਤੇ ਪ੍ਰਸ਼ਾਸਨ ਨਾਲ ਉਹ ਗੱਲਬਾਤ ਚੱਲਦੀ ਹੈ। ਅਤੇ ਅੱਗੇ ਉਹ ਕਹਿੰਦੇ ਵੀ ਜਿਹੜਾ ਰੋਡ ਦਾ ਠੇਕੇਦਾਰ ਉਹ ਭੱਜ ਗਿਆ ਵਾ, 15-20 ਲੱਖ ਰੁਪਈਆ ਸੀਗਾ ਉਹਦਾ ਮਸਲਾ ਵਾ। ਉਹਦਾ ਕਰਕੇ ਅੱਜ ਸਾਡੀ ਇੱਥੇ ADC ਸਾਹਿਬ ਨਾਲ DC ਸਾਹਿਬ ਨਾਲ ਮੀਟਿੰਗ ਆ, ਉਹਨਾਂ ਨੇ ਬੁਲਾਇਆ ਉਹਦੇ ਕਰਕੇ ਆਏ। ਅੱਛਾ, ਇੱਥੇ ਕੋਈ ਆ ਕੇ ਤੁਹਾਡਾ ਕੋਈ ਵਿਵਾਦ ਹੋਇਆ ਕਿਸੇ ਨਾਲ? ਨਹੀਂ, ਕੋਈ ਵਿਵਾਦ ਨਹੀਂ ਹੋਇਆ ਪਾਰਕਿੰਗ ਨੂੰ ਲੈ ਕੇ। ਉਹ ਇੱਕ ਗੱਡੀ ਖਲੋਤੀ ਸੀ, ਅਸੀਂ ਪਹਿਲੀ ਵਾਰ ਆਏ, ਸਾਨੂੰ ਪਤਾ ਨਹੀਂ ਗੱਡੀ ਕਿੱਧਰ ਲਾਉਣੀ ਹੈ। ਪਿੱਛੇ ਵੀ ਗੱਡੀਆਂ ਖਲੋਤੀਆਂ ਸੀ, ਅਸੀਂ ਉਹਨੂੰ ਕਿਹਾ ਵੀ ਗੱਡੀ ਲੰਘ ਜਾਣ ਦੇ। ਉਹ ਕਹਿੰਦਾ ਵੀ ਆਮ ਪਾਵਰ ਪਾਰਕਿੰਗ ਨਹੀਂ ਹੈਗੀ, ਪਾਰਕਿੰਗ ਉੱਧਰ ਆ। ਅਸੀਂ ਕਿਹਾ ਪਿੱਛੇ ਗੱਡੀ ਮੁੜਨੀ, ਚੱਲ ਲੰਘ ਲੈਣ ਦੇ, ਉਹ ਕਿਸੇ ਦੀ ਗੱਡੀ ਸੀਗੀ। ਉਹ ਗੱਡੀ ਚਲੋ ਕਹਿ ਭਾਗਣ ਨੂੰ ਲੰਘਾਤੀ, ਹੋਰ ਕੋਈ ਵਿਵਾਦ ਵਾਲੀ ਗੱਲ ਨਹੀਂ। ਨਹੀਂ, ਜ਼ਬਰਦਸਤੀ ਕੋਈ ਨਹੀਂ ਸੀਗੀ। ਉਹ ਕਹਿੰਦਾ ਵੀ ਇੱਥੇ ਆਮ ਦੇਖੋ, ਆਪ ਸ਼ਬਦ ਕੋਈ ਨਹੀਂ ਪਾਇਆ ਗਿਆ। ਉਹਨੂੰ ਕਹਿ ਯਾਰ ਇੱਕ ਗੱਡੀ ਲੱਗ ਲੈਂਦੇ, ਕੋਈ ਗੱਲ ਨਹੀਂ, ਪਿੱਛੇ ਟ੍ਰੈਫਿਕ ਜਾਮ ਹੁੰਦਾ, ਆਹੀ ਗੱਲ ਹੋਈ, ਉਹ ਤਾਂ ਕੋਈ ਗੱਲ ਹੀ ਨਹੀਂ। ਇਹ ਨਹੀਂ ਗੱਲ ਕੀਤੀ ਕਿਸੇ ਨੇ ਯਾਰ, ਧਰਨੇ ਦੀ ਥੋੜੀ ਗੱਲ ਕੀ ਆ। ਪਰ ਉਹ ਕਹਿੰਦਾ ਯਾਰ ਤੂੰ ਸਾਡਾ ਟਾਈਮ ਖਰਾਬ ਕਰੀ ਜਾਂਦਾ। ਨਹੀਂ, ਅਸੀਂ ਪਤਾ ਕੀ ਗੱਲ ਆ ਭਾਜੀ, ਅਸੀਂ ਕਿਉਂ ਕਹਾਂਗੇ? ਸਾਨੂੰ ਜਦੋਂ ਪਤਾ ਨਹੀਂ ਗਾ ਪਾਰਕਿੰਗ ਕਿਹਦੀ ਆ ਕਿਹਦੀ ਨਹੀਂ। ਅਸੀਂ ਪਹਿਲੀ ਵਾਰੀ ਆਏ ਹਾਂ ਮੋਗੇ ਤੋਂ ਆਏ ਹਾਂ, ਉਹ ਗੱਡੀ ਕਿੱਧਰ ਲਾਉਣੀ ਆ ਨਹੀਂ ਸੀ ਪਤਾ। ਜਦੋਂ ਗੱਡੀਆਂ 'ਚ ਗੱਡੀ ਫਸ ਗਈ ਤੇ ਇੱਕ ਗੱਡੀ ਲੱਗਣ 'ਚ ਕੋਈ ਵੱਡੀ ਗੱਲ ਨਹੀਂ ਆਉਂਦੀ ਗੀ। ਉਹ ਕਹਿੰਦੇ VIP ਪਾਰਕਿੰਗ ਆ, ਮਹੀਂ ਕੋਈ ਗੱਲ ਨਹੀਂ, ਗੱਡੀ ਨਾ ਕੋਈ ਗੱਲ। ਹਾਂ, ਇਹ 'ਚ ਕਿਹੜੀ ਗੱਲ, ਸਾਨੂੰ ਪਤਾ ਨਹੀਂ ਗੱਡੀ ਕਿੱਧਰ ਲਾਉਣੀ ਆ। ਤੁਹਾਡੇ ਤੋਂ ਗਲਤੀ ਹੋਈ ਹੈ। ਨਹੀਂ, ਗਲਤੀ ਭਾਜੀ ਗਲਤੀ ਦੱਸੋ, ਅਸੀਂ ਪਾਰਕਿੰਗ 'ਚ ਤਾਂ ਗੱਡੀ ਲਾਉਣੀ ਆ ਨਾ, ਜੇ ਸਾਨੂੰ ਨਹੀਂ ਪਤਾ ਪਾਰਕਿੰਗ ਸਾਡੀ ਨਹੀਂ ਗੀ ਤੇ 'ਚ ਕਿਹੜੀ ਗਲਤੀ ਆ ਦੱਸੋ। ਭਾਜੀ ਇਹ ਸਟਾਫ ਦੀ ਪਾਰਕਿੰਗ ਆ, ਇਹ ਪਰਸਨ ਥੋੜਾ ਹੈਗੀ ਆ। ਕੋਈ ਨਾ ਗੱਡੀ ਲਵਾਓ, ਗੱਡੀ ਲਵਾਓ। ਹੱਦ ਹੋ ਗਈ ਯਾਰ, ਅਸੀਂ ਵੀ ਸਰਕਾਰੀ ਕੰਮ ਹੀ ਆਏ ਹਾਂ। ਸਾਡਾ ਨਾ ਕੋਈ ਟੋਲ ਮਸਲਾ ਸੀਗਾ, ਅਸੀਂ ਰੋਡ ਦੇ ਉੱਤੇ ਕੰਮ ਕੀਤਾ, ਜਿਹੜਾ ਹਾਈਵੇ ਆ ਹਾਈਵੇ ਦੇ ਉੱਤੇ ਕੰਮ ਕੀਤਾ। ਉਸ ਕੰਮ ਦੇ ਜਿਹੜੇ ਅਸੀਂ ਕੰਮ ਕੀਤਾ ਸੀ ਉਹ ਪੈਸੇ ਨਹੀਂ ਮਿਲੇ, ਨੈਸ਼ਨਲ ਹਾਈਵੇ ਪੈਸੇ ਨਹੀਂ ਦਿੱਤੇ। ਅਸੀਂ ਟੋਲ ਪਲਾਜ਼ਾ ਵੀ ਰੋਕਿਆ ਸੀ ਪਿਛਲੇ ਦਿਨੀ, ਅਤੇ ਇਹਨਾਂ ਨੂੰ ਲਿਖ ਕੇ ਵੀ ਦਿੱਤਾ ਸੀ, ਅਤੇ ਪ੍ਰਸ਼ਾਸਨ ਨਾਲ ਉਹ ਗੱਲਬਾਤ ਚੱਲਦੀ ਹੈ। ਅਤੇ ਅੱਗੇ ਉਹ ਕਹਿੰਦੇ ਵੀ ਜਿਹੜਾ ਰੋਡ ਦਾ ਠੇਕੇਦਾਰ ਉਹ ਭੱਜ ਗਿਆ ਵਾ, 15-20 ਲੱਖ ਰੁਪਈਆ ਸੀਗਾ ਉਹਦਾ ਮਸਲਾ ਵਾ। ਉਹਦਾ ਕਰਕੇ ਅੱਜ ਸਾਡੀ ਇੱਥੇ ADC ਸਾਹਿਬ ਨਾਲ DC ਸਾਹਿਬ ਨਾਲ ਮੀਟਿੰਗ ਆ, ਉਹਨਾਂ ਨੇ ਬੁਲਾਇਆ ਉਹਦੇ ਕਰਕੇ ਆਏ।
ਅੱਛਾ ਇੱਥੇ ਕੋਈ ਆ ਕੇ ਤੁਹਾਡਾ ਕੋਈ ਵਿਵਾਦ ਹੋਇਆ ਕਿਸੇ ਦੇ ਨਾਲ ਕੋਈ ਨਹੀਂ ਕੋਈ ਵਿਵਾਦ ਨਹੀਂ ਹੋਇਆ ਪਾਰਕਿੰਗ ਨੂੰ ਲੈ ਕੇ ਉਹ ਇੱਕ ਗੱਡੀ ਖਲੋਤੀ ਸੀ ਅਸੀਂ ਪਹਿਲੀ ਵਾਰ ਆਏ ਸਾਨੂੰ ਪਤਾ ਨਹੀਂ ਗੱਡੀ ਕਿੱਧਰ ਲਾਉਣੀ ਹੈ ਪਿੱਛੇ ਵੀ ਗੱਡੀਆਂ ਖਲੋਤੀਆਂ ਸੀ ਅਸੀਂ ਉਹਨੂੰ ਕਿਹਾ ਵੀ ਗੱਡੀ ਲੰਘ ਜਾਣ ਦੇ ਉਹ ਕਹਿੰਦਾ ਵੀ ਆਮ ਪਾਬਲ ਪਾਰਕਿੰਗ ਨਹੀਂ ਗੀ ਪਾਰਕਿੰਗ ਉੱਧਰ ਹੈ ਅਸੀਂ ਕਿਹਾ ਪਿੱਛੇ ਗੱਡੀ ਮੁੜਨੀ ਨਹੀਂ ਚੱਲ ਲੰਘ ਲੈਣ ਦਿਓ ਕਿਸੇ ਦੀ ਗੱਡੀ ਸੀਗੀ ਉਹ ਗੱਡੀ ਚਲੋ ਕਹਿ ਖਾਕ ਨੂੰ ਲੰਘਾਤੀ ਹੋਰ ਕੋਈ ਵਿਵਾਦ ਵਾਲੀ ਗੱਲ ਨਹੀਂ ਹੈ ਨਹੀਂ ਜ਼ਬਰਦਸਤੀ ਕੋਈ ਨਹੀਂ ਸੀਗੀ ਉਹ ਕਹਿੰਦਾ ਵੀ ਇੱਥੇ ਆਮ ਦੇਖੋ ਆਪ ਸ਼ਬਦ ਕੋਈ ਨੀ ਪਾਇਆ ਗਿਆ ਉਹਨੂੰ ਕਹਿ ਯਾਰ ਇੱਕ ਗੱਡੀ ਲੱਗ ਲੈਂਦੇ ਕੋਈ ਗੱਲ ਨੀ ਪਿੱਛੇ ਟ੍ਰੈਫਿਕ ਜਾਮ ਹੁੰਦਾ ਆਹੀ ਗੱਲ ਹੋਈ ਉਹ ਤਾਂ ਕੋਈ ਗੱਲ ਹੀ ਨਹੀਂ ਇਹ ਨੀ ਗੱਲ ਕੀਤੀ ਕਿਸੇ ਨੇ ਨਹੀਂ ਯਾਰ ਧਰਨੇ ਦੀ ਥੋੜੀ ਗੱਲ ਕੀ ਹੈ ਪਰ ਉਹ ਕਹਿੰਦਾ ਯਾਰ ਤੂੰ ਸਾਡਾ ਟਾਈਮ ਖਰਾਬ ਕਰੀਏ ਨਾ ਨਹੀਂ ਅਸੀਂ ਪਤਾ ਕੀ ਗੱਲ ਆ ਭਾਜੀ ਅਸੀਂ ਕਿਉਂ ਕਵਾਂਗੇ ਸਾਨੂੰ ਜਦੋਂ ਪਤਾ ਨੀ ਗਾ ਪਾਰਕਿੰਗ ਕਿਹਦੀ ਹੈ ਕਿਹਦੀ ਨਹੀਂ ਅਸੀਂ ਪਹਿਲੀ ਵਾਰੀ ਆਏ ਹਾਂ ਮੋਗੇ ਤੋਂ ਆਏ ਹਾਂ ਉਹ ਗੱਡੀ ਕਿੱਧਰ ਲਾਉਣੀ ਨਹੀਂ ਸੀ ਪਤਾ ਜਦੋਂ ਗੱਡੀਆਂ 'ਚ ਗੱਡੀ ਫਸ ਗਈ ਤੇ ਇੱਕ ਗੱਡੀ ਲੱਗਣ 'ਚ ਕੋਈ ਵੱਡੀ ਗੱਲ ਨਹੀਂ ਆਉਂਦੀ ਗੀ ਉਹ ਕਹਿੰਦੇ VIP ਪਾਰਕਿੰਗ ਆ ਮਹੀਂਗਾ ਕੋਈ ਗੱਲ ਨਹੀਂ ਇੱਕ ਗੱਡੀ ਨਾ ਕੋਈ ਗੱਲ ਨਹੀਂ ਹਾਂ ਇਹ 'ਚ ਕਿਹੜੀ ਗੱਲ ਸਾਨੂੰ ਪਤਾ ਨਹੀਂ ਗੱਡੀ ਕਿੱਧਰ ਲਾਉਣੀ ਆ ਤੁਹਾਡੇ ਤੋਂ ਗਲਤੀ ਹੋਈ ਹੈ ਨਹੀਂ ਗਲਤੀ ਭਾਜੀ ਕਾਹਦੀ ਦੱਸੋ ਅਸੀਂ ਪਾਰਕਿੰਗ 'ਚ ਤਾਂ ਗੱਡੀ ਲਾਉਣੀ ਆ ਨਾ ਜੇ ਸਾਨੂੰ ਨਹੀਂ ਪਤਾ ਪਾਰਕਿੰਗ ਸਾਡੀ ਨਹੀਂ ਗੀ ਤੇ ਇਹ 'ਚ ਕਿਹੜੀ ਗਲਤੀ ਆ ਦੱਸੋ।